ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਫੁੱਲਾਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁੰਬਈ ਦੇ ਇਕਬਾਲ ਸਿੰਘ ਇਹ ਸੇਵਾ ਨਿਭਾ ਰਹੇ ਨੇ। ਇਹ ਫੁੱਲ ਦੇਸ਼ ਵਿਦੇਸ਼ ਤੋਂ ਮੰਗਵਾਏ ਗਏ ਨੇ। ਕਾਰੀਗਰਾਂ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਉਣ ਦੇ ਲਈ ਹਾਲੈਂਡ, ਸਿੰਗਾਪੁਰ, ਮਲੇਸ਼ੀਆ, ਆਸਟ੍ਰੇਲੀਆ, ਬੈਂਕਾਕ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿੱਚੋਂ ਫੁੱਲ ਮੰਗਵਾਏ ਗਏ ਨੇ। ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪ੍ਰਕਾਸ਼ ਅਸਥਾਨ, ਸੁੱਖ ਆਸਨ, ਪਾਲਕੀ ਸਾਹਿਬ ਨੂੰ ਸਜਾਉਣ ਦੇ ਲਈ 15 ਕਿਸਮ ਦੇ 10 ਟਨ ਫੁੱਲ ਲੱਗੇ ਨੇ। ਇਸ ਤੋਂ ਇਲਾਵਾ 20,000 ਬਲਬ ਅਤੇ 2,000 LED ਲੜੀਆਂ ਵੀ ਲਗਾਈਆਂ ਗਈਆਂ ਨੇ। ਇਸ ਮੌਕੇ ਸ਼ਰਧਾਲੂ ਵੀ ਮਨਮੋਹਕ ਦ੍ਰਿਸ਼ ਵੇਖ ਕੇ ਬੜੇ ਆਨੰਦ ਵਿੱਚ ਦਿਖਾਈ ਦਿੱਤੇ।